ਪੰਜਾਬ ਦੇ ਬਠਿੰਡਾ ਵਿੱਚ ਪੈਂਦੇ ਪਿੰਡ ਚੌਂਕੇ ਵਿੱਚ ਕ੍ਰਿਸ਼ੀ ਵਿਭਾਗ ਦੀ ਟੀਮ ਨੇ ਜਿੰਦਲ ਪੈਸਟੀਸਾਈਡਸ ਦੇ ਗੋਦਾਮ ਤੇ ਛਾਪਾ ਮਾਰਿਆ, ਜਿਸ ਵਿੱਚ ਭਾਰੀ ਗਿਣਤੀ ਵਿੱਚ ਖੇਤਾਂ ਵਿੱਚ ਫਸਲਾਂ ਵਿੱਚ ਪਾਉਣ ਵਾਲੀਆਂ ਖਾਦਾਂ ਦੇ ਐਕਸਪਾਇਰ ਲਗਭਗ 500 ਪੈਕਟ ਫੜੇ ਗਏ ਨੇ। ਇਹ ਦੁਕਾਨਦਾਰ ਭੋਲੇ ਭਾਲੇ ਕਿਸਾਨਾਂ ਨੂੰ ਖਰਾਬ ਖਾਦ ਵੇਚ ਰਿਹਾ ਸੀ। ਇਹਦੇ ਬਾਰੇ ਇਹ ਹੈ ਵੀ ਜਿਹੜੀਆਂ ਇਹ ਚੀਜ਼ਾਂ ਇੱਥੇ ਆਮ ਮਾਰਕੀਟ ਦੇ ਵਿੱਚ ਆ ਰਹੀਆਂ, ਇਹ ਖੇਤੀਬਾੜੀ ਮਹਿਕਮੇ ਦੇ ਕਰਪਟ ਅਫਸਰ ਕਹਿ ਲਓ, ਉਹਨਾਂ ਦੀ ਮਿਲੀਭੁਗਤ ਦੇ ਨਾਲ ਜਾਂ ਉਹਨਾਂ ਦੀ ਢਿੱਲ ਦੇ ਕਾਰਨ ਇਹ ਕਿਸਾਨਾਂ ਨੂੰ ਦਿੱਤੀਆਂ ਜਾ ਰਹੀਆਂ। ਇਸ ਕਰਕੇ ਕਿਸਾਨ ਖੁਦਕੁਸ਼ੀਆਂ ਵੱਲ ਜਾ ਰਹੇ ਹੈ, ਮਾੜੇ ਬੀਜ, ਮਾੜੀਆਂ ਇਹ ਸਪਰੇਹਾਂ, ਇਹ ਮਹਿਕਮੇ ਦੀ ਮਿਲੀਭੁਗਤ ਤੋਂ ਬਿਨਾਂ ਆ ਨਹੀਂ ਸਕਦੀਆਂ ਮਾਰਕੀਟ ਦੇ ਵਿੱਚ। ਇਹ ਜਿਹੜੇ ਮਹਿਕਮੇ ਦੇ ਅਫਸਰ ਨੇ, ਕਰਪਟ ਅਫਸਰ ਨੇ, ਉਹਨਾਂ ਦੀਆਂ ਮਿਲੀਭੁਗਤਾਂ ਨਾਲ ਹੀ ਇਹ ਚੀਜ਼ਾਂ ਮਾਰਕੀਟ ਦੇ ਵਿੱਚ ਆ ਰਹੀਆਂ। ਬਾਇਓ ਫਰਟੀਲਾਈਜ਼ਰ ਦੇ ਵਿੱਚ ਅਜੋਟੋ ਵੈਕਟਰ ਹੈ ਜਿਹੜਾ ਸੋਇਲ ਗੋਲਡ, ਉਹ ਇੰਟਰਨੈਸ਼ਨਲ ਪਨੀਸ਼ੀਆ ਲਿਮਿਟਡ IPL ਉਹਦਾ ਬਣਿਆ ਹੋਇਆ, ਔਰ ਉਹ 3.5 ਕਿਲੋ ਵਾਲੇ 48 ਪੈਕਟ ਹੈ। ਇਸੇ ਹੀ ਕੰਪਨੀ ਦਾ ਫੋਸਟਰ ਹਾਂਜੀ PSB ਉਹ 12 ਪੈਕਟ ਆ ਜਿਹੜੇ, ਉਹ 4-4 ਕਿਲੋ ਦੇ ਫੜੇ ਗਏ ਆ। ਇੱਕ ਪ੍ਰੋਡਕਟ ਟ੍ਰੋਪੀਕਲ ਐਗਰੋ ਸਿਸਟਮ ਦਾ ਜਿਹੜਾ ਨਾਸਾ, ਉਹ ਕਿਲੋ ਕਿਲੋ ਵਾਲੇ ਪੈਕਟ ਆ ਜਿਹੜੇ, ਉਹ 250 ਉਹ ਫੜੇ ਗਏ ਆ। ਜਿੰਕ ਸਲਫੇਟ ਇੰਡੋਸਵਿਸ ਕੰਪਨੀ ਦਾ ਉਹ ਚਲੇਟਡ EDTA 12% ਜੋ ਹੈ, ਉਹਦੇ 1/2 ਕਿਲੋ ਵਾਲੇ 80 ਪੈਕਟ। ਪੋਸ਼ਕ ਸਲਫਰ ਹੈ 90%, ਉਹ ਵੀ ਇੰਡੋਸਵਿਸ ਕੰਪਨੀ ਦੀ ਬਣੀ ਹੋਈ ਹੈ, ਉਹ 3 ਕਿਲੋ ਵਾਲੇ 40 ਪੈਕਟ ਫੜੇ ਗਏ ਹੈ। ਇਹਦੇ ਵਿੱਚੋਂ 2 ਪ੍ਰੋਡਕਟ ਹੈ ਜਿਹੜੇ ਅਜੋਟੋ ਵੈਕਟਰ ਔਰ PSB, ਉਹ ਬਾਇਓ ਫਰਟੀਲਾਈਜ਼ਰ ਹੈ ਜਿਹਦੀ ਮਿਆਦ ਬੜੀ ਛੋਟੀ ਹੁੰਦੀ ਹੈ, ਉਹ ਮਿਆਦ ਪੁੱਗੀ ਹੋਈ ਹੈ। ਕਿੰਨੀ ਮਾਤਰਾ 'ਚ ਜੀ ਉਹ ਦੋਨੋਂ ਪ੍ਰੋਡਕਟ ਹੈ? ਇੱਕ 3.5 ਕਿਲੋ ਵਾਲੇ 48 ਪੈਕਟ ਹੈ, ਦੂਸਰੇ 4 ਕਿਲੋ ਵਾਲੇ 12 ਪੈਕਟ। ਤਕਰੀਬਨ 20-25 ਦਿਨ ਪਹਿਲਾਂ ਹੀ ਇੱਥੇ ਅਸੀਂ 4 ਦੁਕਾਨਾਂ ਚੈੱਕ ਕਰਕੇ ਗਏ, ਕੋਈ ਉਹਦੀ ਸੈਂਪਲਿੰਗ ਹੋਈ ਸਰ? ਉਹਦੇ 'ਚ ਇੱਕ ਦੁਕਾਨ ਦੇ ਸੈਂਪਲ ਹੋਏ, ਇਸੀ ਦੁਕਾਨ ਦੇ ਪੈਸਟੀਸਾਈਡ ਦੇ ਸੈਂਪਲ ਹੋਏ। For good health, please subscribe A1 Healthcare. For better music, subscribe A1 Music. For best informational programs, please subscribe A1 Punjabi TV. And for all updated news, please subscribe A1 News.